ਅਕਸਰ ਹੀ ਕਿਸੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਰਿਸ਼ਵਤ ਲੈਣ ਦੇਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ। ਹੁਸ਼ਿਆਰਪੁਰ ਦੇ ਪਿੰਡ ਖਰਦੋ ਖਾਨਪੁਰ ਤੋਂ ਇੱਕ ਅਜਿਹਾ ਹੀ ਮਾਮਲਾ ਦੇਖਣ 'ਚ ਆਇਆ ਜਿੱਥੇ ਪਿੰਡ ਦੇ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਪੁਲਿਸ ਹਿਰਾਸਤ ਤੋਂ ਬਾਹਰ ਕਰਵਾਉਣ ਲਈ ਤਸਕਰ ਦੀ ਭੈਣ ਤੋਂ 65,000 ਰੁਪਏ ਦੀ ਮੰਗ ਕੀਤੀ ਗਈ ਸੀ। ਦਰਅਸਲ ਮਾਮਲਾ ਇਹ ਹੈ ਕਿ ਪੁਲਿਸ ਨੇ 2 ਮਹੀਨੇ ਪਹਿਲਾਂ ਦੀਪੂ ਨਾਂ ਦੇ ਨੌਜਵਾਨ ਨੂੰ ਨਸ਼ਾ ਵੇਚਣ ਦੇ ਮਾਮਲੇ 'ਚ ਫੜਿਆ ਸੀ, ਪਰ ਨੌਜਵਾਨ ਦੀ ਹਾਲਤ ਖਰਾਬ ਹੋਣ ਕਰਕੇ ਪੁਲਿਸ ਵੱਲੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਦੁਬਾਰਾ ਨਸ਼ਾ ਨਾ ਕਰਨ ਦੀ ਹਦਾਇਤ ਦੇ ਕੇ ਉਸਦਾ ਇਲਾਜ ਕਰਵਾਉਣ ਲਈ ਛੱਡ ਦਿੱਤਾ ਗਿਆ ਸੀ, ਪਰ ਪੁਲਿਸ ਵੱਲੋਂ ਦੁਬਾਰਾ ਨਸ਼ੀਲੇ ਪਾਊਡਰ ਸਮੇਤ ਨੌਜਵਾਨ ਨੂੰ ਕਾਬੂ ਕੀਤਾ ਗਿਆ, ਜਿਸ ਤੋਂ ਬਾਅਦ ਉਸਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ। ਨੌਜਵਾਨ ਦੀ ਭੈਣ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਵੱਲੋਂ ਆਪਣੇ ਭਰਾ ਨੂੰ ਛਡਵਾਉਣ ਲਈ ਸਰਪੰਚ ਦਾ ਸਹਾਰਾ ਲੈਣਾ ਪਿਆ ਸੀ, ਜਿੱਥੇ ਕਾਂਗਰਸੀ ਸਰਪੰਚ ਵੱਲੋਂ ਉਹਨਾਂ ਕੋਲੋਂ 65,000 ਰੁਪਏ ਦੀ ਮੰਗ ਕੀਤੀ ਗਈ ਸੀ। ਨਾਲ ਹੀ ਕਿਹਾ ਕਿ ਪਤਾ ਚੱਲਿਆ ਕਿ ਉਹ ਪੈਸੇ ਪੁਲਿਸ ਤੱਕ ਨਹੀਂ ਪਹੁੰਚੇ ਤੇ ਉਸ ਵੱਲੋਂ ਹੁਣ ਇਸ ਘਪਲੇ 'ਚ ਮਾਮਲੇ ਦੀ ਜਾਂਚ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ। ਸਾਡੇ ਘਰ ਤੋਂ ਤਾਂ ਇੰਨੀ ਅਸੀਂ ਲੋਕਾਂ ਦੇ ਵਿਆਹ ਤੇ ਪੈਸੇ ਫੜ ਫੜ ਕੇ ਦਿੱਤੇ, ਪਤਾ ਨਹੀਂ ਕਿੱਦਾਂ ਉਹ ਇੰਨੀ ਮੁਸ਼ਕਲ ਨਾਲ ਅਸੀਂ ਪੈਸੇ ਦਿੱਤੇ ਆ। ਸਾਨੂੰ ਤਾਂ ਹੁਣ ਪਤਾ ਲੱਗਾ ਜਦੋਂ ਹੁਣ ਦੁਬਾਰਾ ਫਿਰ ਮੇਰਾ ਭਰਾ ਫੜ ਹੋਇਆ ਕਿ ਪੈਸੇ ਇਹਨਾਂ ਨੇ ਦਿੱਤੇ। ਇੱਕ ਤੁਹਾਡਾ ਆਡੀਓ ਸਰਪੰਚ ਦੇ ਨਾਲ ਕਰਦੇ ਵਾਇਰਲ ਹੋਇਆ, ਕੀ ਪੂਰਾ ਮਾਮਲਾ ਸੀਗਾ ਤੇ ਕਿਸ ਬ੍ਰਦਰ ਨੂੰ ਛਡਾਉਣੇ ਦੇ ਭਰਾ ਨੂੰ ਛਡਾਉਣੇ ਲਈ ਕਿਸ ਮਾਮਲੇ 'ਚ ਉਹ ਪਕੜਿਆ ਗਿਆ ਸੀ? ਡਰੱਗਸ ਦੇ ਮਾਮਲੇ 'ਚ, ਚਿੱਟੇ ਦੇ ਮਾਮਲੇ 'ਚ ਫੜਿਆ ਗਿਆ ਸੀਗਾ। ਪਹਿਲਾਂ 2 ਮਹੀਨੇ ਪਹਿਲਾਂ ਫੜ ਹੋਇਆ ਸੀਗਾ ਅਤੇ ਉਹਨਾਂ ਨੇ ਸਪੈਸ਼ਲ ਬ੍ਰਾਂਚ ਵਾਲਿਆਂ ਨੇ ਫੜਿਆ ਸੀਗਾ ਉਹਨੂੰ, ਅਤੇ ਜਿਹੜਾ ਮਾਟਾਡੋਨ ਥਾਣੇ ਉਹਨੂੰ ਛੱਡ ਗਏ ਸੀਗੇ। ਅਤੇ ਮਾਟਾਡੋਨ ਵਾਲਿਆਂ ਨੇ ਕਿਹਾ ਵੀ ਮੁੰਡੇ ਦੀ ਕੰਡੀਸ਼ਨ ਬਹੁਤ ਖਰਾਬ ਆ ਕਿ ਅਸੀਂ ਇੱਥੇ ਪਰਚਾ ਨਹੀਂ ਦੇ ਸਕਦੇ, ਦਰਜ ਨਹੀਂ ਕਰ ਸਕਦੇ ਹੈਗੇ। ਅਤੇ ਉਹਨਾਂ ਨੇ ਕਿਹਾ ਕਿ ਆਪਣੇ ਮੌਜੂਦਾ ਸਰਪੰਚ ਨੂੰ ਲਿਓ ਅਤੇ ਇਹਨੂੰ ਵਾਰਨਿੰਗ ਦੇ ਕੇ ਛੱਡ ਦਿੰਦੇ ਹਾਂ ਅਤੇ ਇਹਦਾ ਇਲਾਜ ਕਰਵਾਉਂਦੇ ਹਾਂ। ਅਤੇ ਸਾਨੂੰ ਸਰਪੰਚ ਨੇ ਕਿਹਾ ਵੀ ਉੱਥੇ ਪੈਸੇ ਮੰਗੇ ਆ ਇੰਨੇ, ਤੁਸੀਂ ਪੈਸੇ ਦੇ ਦਿਓ, ਮੁੰਡਾ ਛੱਡਾ ਲਿਆ। ਪੈਸੇ ਮੰਗੇ ਸੀ 65,000 ਰੁਪਇਆ। ਅੱਛਾ ਜੀ, ਹਾਂਜੀ। ਤੇ ਫਿਰ ਕੀ ਕਿਸ ਤਰ੍ਹਾਂ ਫਿਰ ਤੁਹਾਨੂੰ ਪਤਾ ਲੱਗਿਆ ਕਿ ਪੁਲਿਸ ਨੇ ਪੈਸੇ ਮੰਗੇ ਜਾਂ ਸਰਪੰਚ ਨੇ ਪੈਸੇ ਲਏ? ਸਾਨੂੰ ਹੁਣ ਜਦੋਂ ਫਿਰ ਦੁਬਾਰਾ ਮੇਰਾ ਬ੍ਰਦਰ ਫੜ ਹੋਇਆ ਹੈ ਭਰਾ, ਤੇ ਸਾਨੂੰ ਹੁਣ ਪਤਾ ਲੱਗਾ ਸਾਰਾ ਮਾਮਲੇ ਦਾ ਕਿ ਪੈਸੇ ਉੱਥੇ ਪਹੁੰਚੇ ਨਹੀਂ ਉਠਾਣੇ। ਤੇ ਫਿਰ ਉਸ ਤੋਂ ਬਾਅਦ ਕੀ ਕਾਰਵਾਈ ਕਰਾਈ ਤਾਂ ਤੁਸੀਂ ਕਿਸ ਤਰ੍ਹਾਂ? ਮੈਂ ਸਰ ਫੋਨ ਕੀਤਾ ਉਹਨਾਂ ਨੂੰ, ਫਿਰ ਮੈਂ ਰਿਕਾਰਡਿੰਗ ਤੇ ਲਾਇਆ ਆਪਣਾ ਫੋਨ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਪੈਸੇ ਕਿਹਨੂੰ ਦਿੱਤੇ ਆ, ਸਾਨੂੰ ਦੱਸੋ ਕਿਸ ਅਫਸਰ ਨੂੰ ਦਿੱਤੇ ਆ। ਉਹ ਕਹਿੰਦੇ ਤੁਹਾਡਾ ਮੁੰਡਾ ਛਡਾ ਦਿੱਤਾ ਆ, ਤੁਸੀਂ ਕਿਉਂ ਪੁੱਛਦੇ ਆ? ਉਹਨਾਂ ਨੇ ਇਹ ਜਵਾਬ ਦਿੱਤਾ ਮੈਨੂੰ। ਮੈਂ ਕਿਹਾ ਪੁੱਛਣਾ ਸਾਡਾ ਫਰਜ਼ ਆ, ਸਾਨੂੰ ਵੀ ਪਤਾ ਲੱਗੇ ਕਿਹਨੂੰ ਪੈਸੇ ਦਿੱਤੇ ਆ, ਕਿਹਨੂੰ ਨਹੀਂ ਦਿੱਤੇ ਹੈਗੇ। ਫਿਰ ਉਸ ਤੋਂ ਬਾਅਦ ਕੀ ਕਾਰਵਾਈ ਹੋਈ? ਹੁਣ ਕਾਰਵਾਈ ਦੇਖੋ ਚੱਲ ਤਾਂ ਰਹੀ ਆ। ਹੁਣ 2 ਪੰਜਾਂ ਦੇ ਪਰਚਾ ਦਿੱਤਾ ਪੁਲਿਸ ਨੇ, ਹਾਂਜੀ, ਸਰਪੰਚ ਦੇ ਤੇ ਉਹਦੇ ਕਿਸੇ ਹੋਰ ਸਾਥੀ ਦੇ। ਕੀ ਮੰਗ ਕਰਦੇ ਹੋ ਅਜਿਹੇ ਲੋਕਾਂ ਦੇ ਖਿਲਾਫ? ਇਹਨਾਂ 'ਤੇ ਪਰਚਾ ਦਰਜ ਹੋਵੇ, ਜਿੱਦਾਂ ਗਰੀਬਾਂ ਨੂੰ ਲੁੱਟਦੇ ਆ, ਅੱਜ ਸਾਡੇ ਕੋਲ 65,000 ਲੁੱਟਿਆ, ਕੱਲ੍ਹ ਹੋਰ ਕਿਸੇ ਕੋਲ ਲੁੱਟੂਗੇ? ਇਹ ਸਰਪੰਚ ਦਾ ਪਿਛੋਕੜ ਗੱਲ ਕੀਤੀ ਜਾਏ ਤਾਂ ਕਿਸ ਪਾਰਟੀ ਨਾਲ ਸੰਬੰਧਿਤ ਹੈ, ਕੌਣ ਵਿਅਕਤੀ ਹੈ ਇਹ? ਕੌਣ ਵਿਅਕਤੀ? ਸਰਪੰਚ ਦਾ ਨਾਂ ਕੀ ਹੈ ਪੂਰਾ ਤੇ ਕੌਣ ਵਿਅਕਤੀ ਹੈ ਇਹ? ਸਰਪੰਚ ਦਾ ਮੈਨੂੰ ਨਾ ਸ਼ਿੰਦਾ ਹੀ ਪਤਾ ਆ ਜੀ। ਕਿਸ ਪਾਰਟੀ ਨਾਲ ਸੰਬੰਧਿਤ ਹੈ ਇਹ? ਆਪਣੀ ਕਿਉਂ ਕਹਿੰਦੇ ਆ, ਕਾਂਗਰਸ, ਕਾਂਗਰਸ ਪਾਰਟੀ ਨਾਲ। ਹਾਂਜੀ। ਕਿੰਨੇ ਟਾਈਮ ਤੋਂ ਸਰਪੰਚ ਹੈ? ਤਾਂ ਥੋੜੇ ਟਾਈਮ ਹੋਇਆ ਸਰਪੰਚੀ ਨੂੰ। ਇਸ ਪੂਰੇ ਮਾਮਲੇ 'ਚ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਪੰਚ ਖਿਲਾਫ਼ ਮਾਮਲਾ ਦਰਜ ਕਰ ਲਿਆ, ਜੋ ਵੀ ਜਾਂਚ ਸਾਹਮਣੇ ਆਵੇਗੀ ਉਸੇ ਤਰੀਕੇ ਨਾਲ ਕਾਰਵਾਈ ਕੀਤੀ ਜਾਵੇਗੀ। ਖਰਦੋ ਖਾਨਪੁਰ ਦੇ ਸਰਪੰਚ ਦੀ ਸੁਰਿੰਦਰ ਦੀ ਆਡੀਓ ਜਿਹੜੀ ਵਾਇਰਲ ਹੋਈ ਆ,
ਉਹਦੇ ਸੰਬੰਧ ਵਿੱਚ ਅਸੀਂ ਲੀਗਲ ਐਕਸ਼ਨ ਲੈਂਦੇ ਹੋਏ ਉੱਤੇ ਅਸੀਂ ਮੁਕੱਦਮਾ ਜਿਹੜਾ ਉਹ ਦਰਜ ਕਰ ਦਿੱਤਾ ਵਾ ਅਤੇ ਜਿਹੜੀ ਤਫਤੀਸ਼ ਕਰਕੇ ਜਿਹੜੀ ਉਹ ਸੱਚ ਨੂੰ ਸਾਹਮਣੇ ਲਿਆ ਕੇ ਅਗਰ ਉਹ ਦੋਸ਼ੀ ਪਾਇਆ ਗਿਆ ਅਤੇ ਉਹਨੂੰ ਜਿਹੜਾ ਅਦਾਲਤ ਵਿੱਚ ਉਹਦੇ ਖਿਲਾਫ਼ ਚਲਾਨ ਪੇਸ਼ ਕਰਕੇ ਲੀਗਲ ਪ੍ਰੋਸੀਡਿੰਗ ਪੂਰੀ ਕੀਤੀ ਜਾਏਗੀ। ਦੋ ਜਾਣਿਆਂ 'ਤੇ ਪਰਚਾ ਦਰਜ ਹੋਇਆ, ਇੱਕ ਸਰਪੰਚ ਸੁਰਿੰਦਰ, ਇੱਕ ਜਗਜੀਤ, ਜਗਜੀਤ ਪੰਚ ਆ, ਦੋ ਜਾਣਿਆਂ 'ਤੇ ਪਰਚਾ ਦਰਜ ਸੀ 420-420। ਹਾਂ ਅਸੀਂ ਕੁਝ ਵੈਰੀਫਾਈਡ ਕੀਤਾ ਔਰ ਉਹਦੀ ਜਿਹੜੀ ਆਡੀਓ ਹੈਗੀ ਉਹ ਅਸੀਂ ਲਈ ਕਬਜ਼ੇ ਵਿੱਚ। ਉਹਨੂੰ ਸੁਣਨ ਤੋਂ ਬਾਅਦ ਅਸੀਂ ਪ੍ਰਾਈਮਰੀ ਫੇਸੀ ਆਏ ਫੈਸਲਾ ਲਿਆ ਕਿ ਮੁਕੱਦਮਾ ਦਰਜ ਕਰਨਾ ਬਣਦਾ ਵਾ, ਕਿਉਂਕਿ ਜਿਹੜਾ ਸਾਡਾ ਪੂਰਾ ਇਸ ਗੱਲ ਦੇ ਉੱਤੇ ਜਿਹੜਾ ਉਹ ਅਸੀਂ ਡਿਟਰਮਨ ਆ ਕੇ ਜਿਹੜਾ ਨਸ਼ੇ ਦੇ ਸੰਬੰਧ ਵਿੱਚ ਕੋਈ ਬੰਦਾ ਵੀ ਜੇ ਪੁਲਿਸ ਦੇ ਨਾਲ ਜਾਂ ਵੈਸੇ ਵੀ ਕੋਈ ਪੱਗੀ ਮਾਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦਾ ਇਹੀ ਅਸਰ ਹੋਏਗਾ। ਹਾਂ ਗ੍ਰਿਫਤਾਰੀ ਲਈ ਹੁਣ ਅਸੀਂ ਜਿਹੜੀਆਂ ਟੀਮਾਂ ਆਲਰੇਡੀ ਤਿਆਰ ਕੀਤੀਆਂ ਹੁਣ ਅਸੀਂ ਪੂਰੀ ਕੋਸ਼ਿਸ਼ ਕਰਕੇ ਉਹਨੂੰ ਅਰੈਸਟ ਕਰਾਂਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।